दादी अज मम्मी पापा की बहुत लड़ाई हुई है। मम्मा रोई जाती है। बहुत लड़ाई हुई है, रोई जाती है। हां जी दादी, की गल हुई सी? रोटी लंबे पकौड़े मैं खाना। हाँ जी वो तो मैनू पता, असल दे विच कोई सब्जी वाला आया नहीं, ना ही कोई सब्जी लैके रखी हुई सी, फिर मम्मी भी गए हुए सीगे, तां करके मैनू यही धरनी पै गई। तैनू चंगा भला पता वा भी मैं सवेरे रोटी खांदा नहीं गा, मैं दुपहरे रोटी खानी हुंदी आ, वो भी पाह बढ़ के रख दिंदी आ। तुसी गुस्से ना होवो, हुण खा लो रोटी, शाम नू मैं कुछ होर बना दूंगी। आ कहे जी बनाई है तू है? पानी पानी कीता पिया, लून किन्ना पाया? एक दिन मेरी मां घरे नहीं हैगी ते तो रोटी नहीं बनती चज तरीके नाल, लै जा मैं नहीं खानी हैगी। ओना तुसी बिना गल तो वादा बधा रहे हो, सब्जी दा इन्नी सवाल बनी है, मैं भी खादी रोटी। जवान जिन्नी मर्जी चला लो, काम कोई करना नहीं आउंदा, यही सिखाया तेरी मां ने? ना मेरी मां ने तो जो सिखाया वो सिखाया, थोड़ी मां ने की सिखाया? भी रोटी दी बेकदरी करी दी आ। बकवास बंद कर अच्छा अपनी, मैं तो रखड़ा ना खा ली। ना की गल, अपनी बारी दुख लग गया जब तुसी गल गल ते मेरे मान विच खिच लैने, मैनू भी इन्ने ही दुख लगदा। तेरियां हरकतां ही इहो जिहियां हुंदियां ने, 24 घंटे तू तां लड़न नूं तैयार रहिंदी आ। मैं ना कदे भी पहल नहीं करदी, तुसी ओही हमेशा पहला लड़दे हो। बकवास बंद कर ला अच्छा, सली इक रोटी ते तुसी दे हुंदी चज दी, दुखी कीता पिया वा, फिर कहिंदे बोलदा रहो मैनू, होर नहीं तां होर बोलणा तां तैनूं होर ही करां। इह रोटी खाणी भी दुपहर कीती होई आ, पहला सारा दिन कम्म ते मरो, ਉਹ ਤੋਂ ਬਾਅਦ ਜਾਓ ਆਓ ਰੋਟੀ ਖਾਓ, ਰੋਟੀ ਖਾਣ ਤੋਂ ਬਾਅਦ ਸਾਲੀ ਉਹ ਨਹੀਂ ਚੱਜ ਦੀ ਮਿਲਦੀ ਹੈਗੀ, ਬਾਹਰ ਖਾ ਕੇ ਆਉਂਦਾ ਮੈਂ। ਹਾਏ ਰੱਬਾ, ਕਹਿ ਜਾ ਬੰਦਾ ਮੇਰੇ ਪੱਲੇ ਪਾਤਾ, ਮਾੜੀ ਮਾੜੀ ਗੱਲ ਤੇ ਕਲੇਸ਼ ਪਾ ਕੇ ਬਹਿ ਜਾਂਦਾ। ਦਾਦੀ ਜਦ ਬੱਚੇ ਲੜਦੇ ਨੇ ਤਾਂ ਫਿਰ ਵੱਡੇ ਸਮਝਾਉਂਦੇ ਨੇ, ਜਦ ਵੱਡੇ ਲੜਦੇ ਫਿਰ ਕੌਣ ਸਮਝਾਉਂਦਾ? ਦਾਦੀ ਮੰਮਾ ਅੱਜ ਬਹੁਤ ਰੋਈ ਆ, ਨਾ ਹੀ ਪਾਪਾ ਮੰਮੀ ਨੂੰ ਬੁਲਾਉਂਦੇ ਆ, ਨਾ ਹੀ ਮੰਮਾ ਪਾਪਾ ਨੂੰ। ਪੁੱਤ ਤੁਸੀਂ ਫਿਕਰ ਨਾ ਕਰੋ, ਮੈਂ ਕਰਦੀ ਹਾਂ ਕੁਛ। ਆ ਮੈਂ ਲੈਣਾ ਵਾ, ਆ ਵੀ ਦੇ ਦੇ ਮੇਰੀਆਂ ਚੀਜ਼ਾਂ ਨੇ। ਕਿਉਂ ਮੇਰੀਆਂ ਨੇ ਗਿਆ? ਮੇਰੀਆਂ ਨੇ ਕਿਉਂ? ਤੇਰੀ ਕਿਉਂ ਨੇ? ਮੇਰੇ ਬਰਥਡੇ ਤੇ ਗਿਫਟ ਮਿਲਿਆ ਸੀ। ਚੁੱਪ। ਮੇਰੇ ਬਰਥਡੇ ਤੇ ਮਿਲਿਆ ਸੀਗਾ ਜੀ। ਮੇਰੇ ਬਰਥਡੇ ਤੇ ਮਿਲਿਆ ਸੀ ਤੈਨੂੰ ਬੜੀ ਖੁਸ਼ੀ ਆ। ਓਏ ਮੇਰੇ ਬਰਥਡੇ ਤੇ ਹਟ ਜਾ। ਨੀ ਕਿਉਂ ਲੜੀ ਜਾਂਦੀ ਆ ਤੁਸੀਂ? ਦਾਦੀ ਦੀਪ ਮੇਰੇ ਮਾਰਦੀ ਆ। ਕਿਆ ਝੂਠ ਬੋਲਨੀ ਆ ਪਾਗਲ ਜੀ ਹੋਵੇ। ਜਿਵ ਤੂੰ ਬੋਲਦੀ ਕਿ ਮੈਂ ਤੇਰੀ ਵੱਡੀ ਭੈਣ ਆ, ਮਾਫੀ ਮੰਗਿਆ ਤੋ। ਦਾਦੀ ਜੀ ਤੁਸੀਂ ਤਾਂ ਦਾਦਾ ਇਹਨੂੰ ਹੀ ਪਿਆਰ ਕਰਦੇ ਹੋ, ਮੈਨੂੰ ਤਾਂ ਕਦੇ ਕਰਦੇ ਹੀ ਨਹੀਂ ਗੇ। ਮੈਂ ਨਹੀਂ ਬੋਲਣਾ ਤੁਹਾਡੇ ਨਾਲ, ਮੈਨੂੰ ਬੁਲਾਉਣ ਦੀ ਲੋੜ ਨਹੀਂ। ਓਏ ਦੀਪ, ਉਹ ਇਦਾਂ ਨਹੀਂ ਕਰੀਦਾ ਹੁੰਦਾ, ਕਿੱਦਾਂ ਬੋਲੀ ਜਾਂਦੀ ਆ ਤੂੰ? ਮੈਂ ਨਹੀਂ ਬੁਲਾਉਣਾ ਤਾਂ ਨਹੀਂ ਬੁਲਾਉਣਾ। ਪੁੱਤ ਇਦਾਂ ਨਹੀਂ ਬੋਲੀਦਾ, ਮੈਨੂੰ ਚੰਗਾ ਨਹੀਂ ਲੱਗਦਾ। ਇਹ ਬੋਲਦੀ ਕਿਵੇਂ ਆ? ਉਹ ਮੇਰੀ ਮਾਂ, ਮੇਰੇ ਸਾਹਮਣੇ ਮੇਰੀ ਮਾਂ ਨੂੰ ਬੋਲਣ ਲੱਗੀ ਹੋਈ ਆ। ਪਾਪਾ ਤੁਸੀਂ ਵੀ ਤਾਂ ਸਾਡੇ ਸਾਹਮਣੇ ਸਾਡੀ ਮੰਮੀ ਨੂੰ ਘੂਰਿਆ ਸੀਗਾ, ਜਿੰਨਾ ਦੁੱਖ ਤੁਹਾਨੂੰ ਲੱਗਿਆ ਨਾ ਉਨਾ ਹੀ ਦੁੱਖ ਸਾਨੂੰ ਲੱਗਿਆ। ਪਾਪਾ ਇੱਕ ਗੱਲ ਦੱਸਾਂ, ਮੰਮਾ ਸਵੇਰ ਦੀ ਰੋਈ ਵੀ ਆ ਤੇ ਬਹੁਤ ਉਜਾਦ ਵੀ ਆ। ਮੈਨੂੰ ਬੱਚਿਆਂ ਨੇ ਨਾ ਸਾਰਾ ਕੁਝ ਦੱਸਤਾ, ਜੇਕਰ ਤੈਨੂੰ ਦੁੱਖ ਲੱਗਿਆ ਨਾ ਵੀ ਤੇਰੀ ਮਾਂ ਨੂੰ ਬੋਲਦੇ ਨੇ, ਇੱਕ ਨੇ ਇਹਨਾਂ ਨੂੰ ਦੁੱਖ ਲੱਗਦਾ ਵੀ ਸਾਡੀ ਮਾਂ ਨੂੰ ਬੋਲਦਾ, ਤੇ ਇਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ? ਪੁੱਤ ਬੱਚਿਆਂ ਦੇ ਸਾਹਮਣੇ ਪਿਆਰ ਨਾਲ ਰਹੀਦਾ ਹੁੰਦਾ, ਉਹਨਾਂ ਦੇ ਦਿਲ ਦੇ ਵਿੱਚ ਚੰਗੀਆਂ ਅਤੇ ਮਾੜੀਆਂ ਆਦਤਾਂ ਛਾਪ ਛੱਡ ਜਾਂਦੀਆਂ ਨੇ। ਅੱਜ ਜੋ ਕੁਛ ਤੁਸੀਂ ਕਰਦੇ ਹੋ ਨਾ, ਕੱਲ੍ਹ ਨੂੰ ਵੱਡੇ ਹੋ ਕੇ ਤੁਹਾਡੇ ਬੱਚੇ ਵੀ ਇਹੀ ਕੁਛ ਕਰਨਗੇ, ਤੂੰ ਚਾਹੁੰਦਾ ਵੀ ਇਹੀ ਕੁਛ ਕਰਨ? ਜੋ ਬੱਚੇ ਦੇਖਦੇ ਨੇ ਉਹੀ ਸਿੱਖਦੇ ਨੇ, ਅਤੇ ਜੋ ਸਿੱਖਦੇ ਨੇ ਉਹੀ ਕਰਦੇ ਨੇ।